लोकरण चैनल पंजाबी देख रहे हो तुसीं ते खबरां टॉप दियां दे विच मैं सुखविंदर सिद्ध तुहाडा स्वागत करदा। प्रोग्राम दे विच गलबात करांगे कुछ अहम खबरां दी। सब तो पहला गलबात करांगे कि जिहड़ी सिद्धी अदायगी दे मामले दे उपर आरती एसोसीएशन पंजाब अते केंद्र सरकार दे विचाले जिहड़ा रेड़का बनिया होया सी ओह हुण इस तरीके नाल निबड़िया कि पंजाब दे किसानां दे खातिआं दे विच हुण केंद्र सिद्धी अदायगी करेगा, पर यह मामला हाले निबड़िया नहीं है। इस नूं लैके आरती एसोसीएशन भी जिहड़ी है वह दो भागां दे विच वंडी गई है। एक पंजाब सरकार दे नाल गलबात करन तों बाद इस गल ते मन गई है कि ठीक है असीं सिद्धी अदायगी करन ते असीं अंदोलन जिहड़ा नहीं करांगे, असीं जिहड़ी हड़ताल नहीं करांगे। तां दूजे पासे कुछ जथेबंदियां हाले भी जिहड़ियां हैगी आरती एसोसीएशन दीआं वह नहीं मन रही, वह कह रही ने कि सरकार ने अपने कुछ क बंदे जिहड़े बुला के सहमत कर ले ने पर असीं हड़ताल जिहड़ी है वह जारी रखांगे। की है मामला, इस मामले ते गलबात करांगे। उस तो बाद गलबात करांगे कि पंजाब दे अंदर कहिंदे कि 5 दिनां दी ही वैक्सीन रह गई है, सरकार बाहरले देशां नूं तां वैक्सीन भेज रही है पर उन्हां दे अपने सूबे पंजाब दे अंदर सिर्फ 5 दिनां दी है। तां अगली खबर भी बहुत इंपोर्टेंट है जिहदे विच अंदोलन खत्म करन नूं नरेंद्र तोमर ने कहा किसानां नूं कि किसान जल्द तों जल्द अंदोलन खत्म कर देण, क्यों कहा है, की कारण है, इस ते भी गलबात करांगे। सब तो पहले उन्हां दा स्वागत कर लैंदे आ। सर स्वागत है लोकरण चैनल पंजाबी। बहुत बहुत शुक्रिया, मेहरबानी, धन्यवाद सुखविंदर जी। सर सब तो पहला गलबात आपां करिए तोमर साहब दे बयान दे उपर। तोमर साहब ने जिस तरीके दे नाल किसानां ते जिहड़ा एक बार फिर तो अपने शब्दी वार साधे, इन्होंने ने कहा कि किसान अंदोलन खत्म कर दे, इस बार की तर्क दिता गया जिहड़ा हैगा तोमर दे वल्लों? सुखविंदर जी, जिवें आपां नूं पता है कि पिछले लंबे समय तो केंद्र दी बीजेपी सरकार है ਉਹਦਾ ਪੁਆਇੰਟ ਇਹੀ ਰਿਹਾ ਕਿ ਕਿਵੇਂ ਨਾ ਕਿਵੇਂ ਕਿਸਾਨਾਂ ਦਾ ਜੋ ਇਹ ਸੰਘਰਸ਼ ਹੈ ਇਹਨੂੰ ਖਤਮ ਕੀਤਾ ਜਾਏ, ਚਾਹੇ ਡਰਾ ਕੇ, ਚਾਹੇ ਧਮਕਾ ਕੇ, ਜਾਂ ਕਿਸੇ ਹੋਰ ਕੂਟਨੀਤੀ ਦੇ ਰਾਹੀਂ। ਹੁਣ ਉਹਨਾਂ ਕੋਲ ਬੜਾ ਵਧੀਆ ਉਹਨਾਂ ਨੂੰ ਹਥਿਆਰ ਲੱਭਿਆ ਹੈ, ਉਹ ਹੈ ਕਰੋਨਾ ਦੀ ਬਿਮਾਰੀ। ਉਹ ਹੁਣ ਚਾਹੁੰਦੇ ਨੇ ਕਿ ਕਰੋਨਾ ਦੇ ਡਰ ਦੇ ਉੱਤੇ, ਕਰੋਨਾ ਦਾ ਨਾਂ ਫੈਲਾ ਕੇ, ਕਰੋਨਾ ਦੀ ਬਿਮਾਰੀ ਦਾ ਡਰ ਦੇ ਕੇ ਇਹਨਾਂ ਨੂੰ ਘਰੇ ਭੇਜ ਦਿੱਤਾ ਜਾਏ। ਸੋ ਤੋਮਰ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਕਿਉਂਕਿ ਹੁਣ ਕਰੋਨਾ ਦਾ ਜਿਹੜੀ ਦੂਸਰੀ ਵੇਵ ਹੈ ਉਹ ਵੱਧ ਰਹੀ ਹੈ ਔਰ ਲੋਕ ਇਹਦੇ ਨਾਲ ਮਰ ਰਹੇ ਨੇ, ਇਸ ਕਰਕੇ ਉਹ ਕਿਸਾਨਾਂ ਨੂੰ ਨਸੀਹਤ ਇਹ ਦੇਣਾ ਚਾਹੁੰਦੇ ਨੇ ਕਿ ਤੁਸੀਂ ਘਰੇ ਚਲੇ ਜਾਓ ਔਰ ਘਰੇ ਬੈਠ ਕੇ ਆਪਣਾ ਆਰਾਮ ਕਰੋ ਤਾਂ ਕਿ ਤੁਹਾਨੂੰ ਕਰੋਨਾ ਨਾ ਹੋ ਜਾਏ ਕਿਤੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਕੇਂਦਰ ਸਰਕਾਰ ਦੀ ਵੱਡੀ ਇੱਕ ਸਾਜ਼ਿਸ਼ ਹੈ ਔਰ ਇਹਦੇ ਵਿੱਚ ਕਿਸਾਨਾਂ ਨੂੰ ਫਸਣ ਦੀ ਲੋੜ ਨਹੀਂ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਕਰੋਨਾ ਹੈ ਇਹ ਕੋਈ ਇੱਦਾਂ ਦੀ ਬਿਮਾਰੀ ਨਹੀਂ ਹੈ ਕਿ ਇਹਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਜਾਂ ਹੋਰ ਹੋਈਆਂ। ਹਾਂ, ਇਹਦੇ ਚੋਂ ਆਪਾਂ ਨੂੰ ਪਤਾ ਹੈ ਕਿ ਇਹਦਾ ਜਿਹੜਾ ਹੈਗਾ ਇਹਦਾ ਪਰਹੇਜ਼ ਜ਼ਰੂਰੀ ਹੈ। ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਹੜਾ ਸੀਜ਼ਨ ਜਦੋਂ ਬਦਲਦਾ ਹੈ ਤਾਂ ਕੋਈ ਵੀ ਬਿਮਾਰੀ, ਖੰਘ, ਜ਼ੁਕਾਮ, ਇੱਦਾਂ ਦੀਆਂ ਹੋਰ ਸੰਭਾਵਨਾਵਾਂ ਹੁੰਦੀਆਂ ਨੇ। ਇਹ ਇਸ ਵਾਰੀ ਵੀ ਹੋਈਆਂ ਨੇ, ਪਿਛਲੇ ਵਾਰੀ ਵੀ ਹੋਈਆਂ ਸੀਗੀਆਂ। ਸੋ ਇਹਨੂੰ ਡਰ ਕੇ ਏਡਾ ਵੱਡਾ ਅੰਦੋਲਨ ਖਤਮ ਕਰਨਾ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਲੀਡਰ ਨੇ ਇਹਨਾਂ ਦੇ ਇਸ ਡਰਾਵੇ ਕਰਕੇ ਉਹ ਘਰੇ ਚਲੇ ਜਾਣਗੇ। ਸੋ ਇੱਕ ਉਹਨਾਂ ਨੇ ਜ਼ਰੂਰ ਆਪਣੇ ਵੱਲੋਂ ਸਾਜ਼ਿਸ਼ ਖੇਡਣ ਦੀ ਕੋਸ਼ਿਸ਼ ਕੀਤੀ ਹੈ ਔਰ ਤੋਮਰ ਜੀ ਨੇ ਤਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੈ, ਪਹਿਲਾਂ ਵੀ ਉਹ ਕਿਵੇਂ ਨਾ ਕਿਵੇਂ ਚੀਜ਼ਾਂ ਨੂੰ ਵਰਤ ਕੇ ਉਹ ਅੰਦੋਲਨ ਨੂੰ ਖਤਮ ਕਰਾਉਣਾ ਚਾਹੁੰਦੇ ਸੀਗੇ ਪਰ ਉਹ ਨਹੀਂ ਸੀ ਹੋਇਆ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਜਿਹੜੀ ਚਾਲ ਹੈ ਉਹਨਾਂ ਦੀ ਇਹ ਕੋਈ ਬਹੁਤਾ ਵਧੀਆ ਕਾਮਯਾਬ ਨਹੀਂ ਹੋਏਗੀ ਔਰ ਇਹਦੇ ਵਿੱਚ ਕਿਸਾਨਾਂ ਦੇ ਉੱਤੇ ਕੋਈ ਅਸਰ ਨਹੀਂ ਪਏਗਾ, ਕਿਸਾਨ ਇੱਦਾਂ ਹੀ ਡਟੇ ਰਹਿਣਗੇ। ਕੱਲ੍ਹ ਵੀ ਤਾਂ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਬਾਰਡਰ ਦੇ ਉੱਤੇ ਜਿਹੜਾ ਹੈ ਕਿ ਵੱਖ ਵੱਖ ਥਾਵਾਂ ਦੇ ਉੱਤੇ ਚੱਕੇ ਜਾਮ ਕੀਤੇ ਗਏ, ਸੜਕਾਂ ਜਾਮ ਹੋਈਆਂ ਨੇ, ਪਰ ਅੰਦੋਲਨ ਜਿਹੜਾ ਹੈਗਾ ਇਹ ਥੱਲੇ ਨਹੀਂ ਆ ਰਿਹਾ, ਇਹ ਅੱਗੇ ਦੀ ਅੱਗੇ ਜਾ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕਿਸਾਨ ਅੰਦੋਲਨ ਹੈ ਹੋਰ ਅੱਗੇ ਵਧੇਗਾ। ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਕਰੋਨਾ ਦੀ ਦੁਹਾਈ ਪਾ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਅੰਦਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਆਪਾਂ ਦੂਜੀ ਖਬਰ ਸੀ ਉਹਦੇ ਵਿੱਚ ਇਹ ਹੈ ਕਿ ਪੰਜਾਬ ਦੇ ਲਈ ਸਿਰਫ 5 ਦਿਨਾਂ ਦੀ ਦਵਾਈ ਬਚੀ ਹੈ, ਕੇਂਦਰ ਸਰਕਾਰ ਕਰੋਨਾ ਦੀ ਦੁਹਾਈ ਪਾ ਰਹੀ ਹੈ ਕਿ ਅੰਦੋਲਨ ਖਤਮ ਕਰ ਦਿਓ, ਕਰੋਨਾ ਬਹੁਤ ਫੈਲਿਆ, ਬਾਹਰਲੇ ਦੇਸ਼ਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ। 70 ਤੋਂ ਕਹਿੰਦੇ ਵੱਧ ਦੇਸ਼ ਨੇ ਜੋ ਭਾਰਤ ਤੋਂ ਦਵਾਈ ਲੈ ਰਹੇ ਨੇ, ਪਰ ਆਪਣੇ ਸੂਬੇ ਜਿੱਥੇ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਰੈਲੀਆਂ ਚੱਲ ਰਹੀਆਂ ਨੇ, ਉੱਥੇ ਜਿਹੜਾ ਹੈਗਾ ਸਿਰਫ 5 ਦਿਨਾਂ ਦੀ ਦਵਾਈ ਹੈ, ਤਾਂ ਫਿਰ ਅਜਿਹਾ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ? ਇੱਕ ਪਾਸੇ ਢਿੱਲ ਵੀ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਕਸਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਵਿੰਦਰ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੰਗਲਾਦੇਸ਼ ਗਏ ਸੀਗੇ, ਉਹਨਾਂ ਦੀ 50ਵੀਂ ਵਰੇਗੰਢ ਜਿਹੜੀ ਆਜ਼ਾਦੀ ਦੀ ਉਹ ਮਨਾਈ ਜਾ ਰਹੀ ਸੀਗੀ ਔਰ ਉਹਨਾਂ ਨੂੰ ਤੋਹਫ਼ਾ ਕਹਿੰਦਾ ਦੇ ਕੇ ਆਏ ਨੇ ਉਹ
ਸਾਡੀ ਜਿਹੜੀ ਕੋਵਿਡ ਦੀ ਜਿਹੜੀ ਇਹਨਾਂ ਨੇ ਖੋਜੀ ਹੈ ਦਵਾਈ ਉਹਦਾ ਉਹਨਾਂ ਨੇ ਉਹਨਾਂ ਨੂੰ ਤੋਹਫਾ ਦਿੱਤਾ। ਔਰ ਹੋਰ ਵੀ ਜਿਵੇਂ ਤੁਸੀਂ ਕਿਹਾ ਕਿ 70 ਮੁਲਕਾਂ ਨੂੰ ਭੇਜੀ ਜਾ ਰਹੀ ਹੈ ਦਵਾਈ, ਪਰ ਸਾਡੇ ਆਪਣੇ ਮੁਲਕਾਂ ਨੂੰ ਜਿਹੜਾ ਹੈ ਮੁਲਕ ਦੇ ਵਿੱਚ ਜਿਹੜੇ ਨੇ ਆਮ ਲੋਕਾਂ ਨੂੰ ਖਾਸ ਤੌਰ ਤੇ ਗਰੀਬ ਲੋਕਾਂ ਨੂੰ, ਚਾਹੇ ਉਹਨਾਂ ਦੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਰੁਜ਼ਗਾਰ ਚੱਲਿਆ ਗਿਆ, ਕੋਈ ਵਿਚਾਰਾ ਦਿਹਾੜੀ ਕਰਦਾ ਸੀ ਉਹਨਾਂ ਦੀ ਦਿਹਾੜੀਆਂ ਖਤਮ ਹੋ ਗਈਆਂ, ਕੋਈ ਫੈਕਟਰੀਆਂ 'ਚ ਕੰਮ ਕਰਦੇ ਸੀ ਮਜ਼ਦੂਰ ਲੋਕ ਉਹਨਾਂ ਦੀਆਂ ਉਹ ਜਿਹੜੀਆਂ ਸੀ ਸਾਰਾ ਰੁਜ਼ਗਾਰ ਮਤਲਬ ਫੈਕਟਰੀਆਂ ਕਿਉਂਕਿ ਬੰਦ ਹੋਈਆਂ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਨੇ ਜਿਹੜੇ ਵਿਚਾਰੇ ਸੜਕਾਂ ਤੇ ਆ ਗਏ। ਔਰ ਦੂਜੇ ਪਾਸੇ ਉਹਨਾਂ ਤੋਂ ਜਿਹੜਾ ਹੈਗਾ ਇਸ ਵੇਲੇ ਬਿਮਾਰੀ ਦੇ ਲਈ ਕੋਈ ਟੀਕੇ ਲਾਉਣ ਲਈ ਪੈਸੇ ਨਹੀਂ ਹੈਗੇ। ਇਸ ਕਰਕੇ ਜਿਹੜੇ ਦੋਹਰੇ ਮਾਪਦੰਡ ਜਿਹੜੀ ਕੇਂਦਰ ਸਰਕਾਰ ਅਪਣਾ ਰਹੀ ਹੈ, ਇੱਕ ਪਾਸੇ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਘਰੇ ਚਲੇ ਜਾਓ, ਪਰ ਦੂਜੇ ਪਾਸੇ ਜਿਹੜੀ ਉਹਦੀ ਆਪਣੀ ਜ਼ਿੰਮੇਵਾਰੀ ਹੈ। ਔਰ ਉਹ ਕਹਿ ਰਹੇ ਨੇ ਵਾਰ ਵਾਰ ਮੋਦੀ ਸਾਹਿਬ ਲਗਾਤਾਰ ਟੀਵੀ ਦੇ ਉੱਤੇ ਕਿ ਤੁਸੀਂ ਦਵਾਈ ਦੀ ਜਿਹੜੀ ਹੈਗੀ ਹੈ ਦਵਾਈ ਵੀ ਕੜਾਈ ਵੀ, ਵਾਰ ਵਾਰ ਮੈਸੇਜ ਵੀ ਆ ਰਹੇ ਨੇ ਤੁਹਾਨੂੰ, ਤੁਸੀਂ ਵੀ ਸੁਣੇ ਹੋਣਗੇ ਮੋਬਾਈਲਾਂ ਦੇ ਉੱਤੇ ਪਵਾਏ ਜਾ ਰਹੇ ਨੇ ਕਿ ਦਵਾਈ ਲਓ ਦਵਾਈ ਲਓ, ਪਰ ਦਵਾਈ ਕਿੱਥੋਂ ਲੈਣ ਜੇ ਦਵਾਈ ਤੁਸੀਂ ਸਟੇਟਾਂ ਨੂੰ ਭੇਜੋਗੇ ਨਹੀਂ। ਜਿਵੇਂ ਵਾਰ ਵਾਰ ਇਹ ਸਾਡੇ ਕੈਪਟਨ ਸਾਹਿਬ ਆਵਾਜ਼ ਉਠਾ ਰਹੇ ਨੇ, ਕੱਲ੍ਹ ਵੀ ਉਹਨਾਂ ਦੀ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ ਨਾਲ ਮੀਟਿੰਗ ਹੋਈ ਹੈ, ਔਰ ਉੱਥੇ ਉਹਨਾਂ ਨੇ ਇਹੀ ਕਿਹਾ ਕਿ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲੇ ਦਵਾਈਆਂ ਨੂੰ ਟੀਕੇ ਲਵਾਉਣ ਨੂੰ ਲੋਕਾਂ ਦੇ ਕੋਲੇ ਦਵਾਈ ਸਾਡੀ ਖਤਮ ਹੋ ਚੁੱਕੀ ਹੈ। ਸੋ ਇਸ ਕਰਕੇ ਕੇਂਦਰ ਸਰਕਾਰ ਦੀ ਇੱਕ ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਖਾਸ ਤੌਰ ਤੇ ਜਿਹੜੇ ਕਿ ਪੈਸੇ ਦੇ ਕੇ ਵੀ ਦਵਾਈ ਜਿਹੜੀ ਹੈਗੇ ਨਹੀਂ ਲਵਾ ਸਕਦੇ, ਉਹਨਾਂ ਦਾ ਦਵਾਈ ਦਾ ਪ੍ਰਬੰਧ ਕਰੇ। ਔਰ ਜੇ ਉਹ ਇਹੀ ਚਾਹੁੰਦੀ ਹੈ ਕਿ ਇਹ ਬਹੁਤ ਵੱਡੀ ਮਹਾਂਬਿਮਾਰੀ ਹੈ, ਮਹਾਂਸੰਕਟ ਹੈ ਇਸ ਵੇਲੇ ਇਸ ਬਿਮਾਰੀ ਦਾ, ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਜਿਹੜੀ ਬਜਾਏ ਅਸੀਂ ਬਾਹਰਲੇ ਲੋਕਾਂ ਨੂੰ ਦਵਾਈ ਭੇਜ ਰਹੇ ਹਾਂ, ਬਾਹਰਲੇ ਮੁਲਕਾਂ ਨੂੰ ਦਵਾਈ ਭੇਜ ਰਹੇ ਹਾਂ, ਕਿਉਂ ਨਾ ਪਹਿਲਾਂ ਸਾਡੇ ਆਪਣੇ ਮੁਲਕ ਦੇ ਜਿਹੜੇ ਗਰੀਬ ਲੋਕ ਨੇ ਆਮ ਲੋਕ ਨੇ ਉਹਨਾਂ ਦੇ ਦਵਾਈ ਦਾ ਇੰਤਜ਼ਾਮ ਜਿਹੜਾ ਹੈਗਾ ਕੇਂਦਰ ਸਰਕਾਰ ਕਰੇ। ਸੋ ਇਹੀ ਮੈਨੂੰ ਲੱਗਦਾ ਕਿ ਇਸ ਵੇਲੇ ਡਿਊਟੀ ਬਣਦੀ ਆ। ਔਰ ਬਿਲਕੁਲ ਕੈਪਟਨ ਸਾਹਿਬ ਇਹ ਸਹੀ ਜਿਹੜੀ ਹੈਗੀ ਆ ਮੰਗ ਕਰ ਰਹੇ ਨੇ ਕਿ ਦਵਾਈ ਛੇਤੀ ਤੋਂ ਛੇਤੀ ਵੱਖ ਵੱਖ ਸੂਬਿਆਂ 'ਚ ਭੇਜੀ ਜਾਏ। ਜੀ ਸੁਖਵਿੰਦਰ ਜੀ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਦੂਜੇ ਫੈਸਲੇ ਦੀ ਗੱਲ ਕਰੀਏ। ਪਿਛਲੇ ਕਈ ਦਿਨਾਂ ਤੋਂ ਰੇੜਕਾ ਬਣਿਆ ਹੋਇਆ ਸੀ, ਕਿਸਾਨ ਚਾਹੁੰਦੇ ਸੀ ਤੇ ਆੜ੍ਹਤੀਏ ਵੀ ਚਾਹੁੰਦੇ ਸੀ ਕਿ ਜੇਕਰ ਕਿਸਾਨਾਂ ਦੇ ਖਾਤੇ ਦੇ ਵਿੱਚ ਕੇਂਦਰ ਸਿੱਧੀ ਅਦਾਇਗੀ ਕਰੇਗਾ ਤਾਂ ਜਿਹੜਾ ਆਪਸੀ ਰਾਬਤਾ ਆਪਸੀ ਭਾਈਚਾਰਕ ਸਾਂਝ ਹੈ ਕਿਸਾਨ ਅਤੇ ਆੜ੍ਹਤੀਏ ਦੀ ਤੇ ਆੜ੍ਹਤੀਏ ਨੂੰ ਜਿਹੜਾ ਕਿਸਾਨ ਆਪਣਾ ਏਟੀਐਮ ਸਮਝਦਾ ਤਾਂ ਉਹ ਜਿਹੜਾ ਸਾਰਾ ਸਿਸਟਮ ਖਤਮ ਹੋ ਜਾਏਗਾ। ਤਾਂ ਕਾਫੀ ਲੰਬਾ ਸਮਾਂ ਰੇੜਕਾ ਚੱਲਿਆ, ਤੁਹਾਨੂੰ ਪਤਾ ਕੇਂਦਰ ਦੇ ਨਾਲ ਮੀਟਿੰਗਾਂ ਵੀ ਹੋਈਆਂ, ਆਖਿਰਕਾਰ ਜਿਹੜਾ ਨਾ ਤਾਂ ਆੜ੍ਹਤੀਏ ਤੇ ਨਾ ਹੀ ਪੰਜਾਬ ਸਰਕਾਰ ਕੇਂਦਰ ਨੂੰ ਤਾਂ ਮਨਾ ਨਹੀਂ ਸਕੀ ਕਿ ਤੁਸੀਂ ਸਿੱਧੀ ਅਦਾਇਗੀ ਨਾ ਕਰੋ, ਪਰ ਜਿਸ ਤਰੀਕੇ ਦੇ ਨਾਲ ਉੱਥੇ ਮੀਟਿੰਗਾਂ ਬੇਸਿਟਾ ਰਹੀਆਂ, ਪਰ ਇੱਥੇ ਆ ਕੇ ਆੜ੍ਹਤੀਆਂ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਭਾਈ ਤੁਸੀਂ ਸਿੱਧੀ ਅਦਾਇਗੀ ਹੋ ਲੈਣ ਦਿਓ, ਹੜਤਾਲ ਨਾ ਕਰੋ, ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਸਾਡਾ ਹੱਲ ਨਾ ਕਰਵਾਇਆ ਸਿੱਧੀ ਅਦਾਇਗੀ ਨਾ ਰੋਕੀ ਤਾਂ ਅਸੀਂ ਹੜਤਾਲ ਕਰਾਂਗੇ। ਕੱਲ੍ਹ ਆੜ੍ਹਤੀ ਐਸੋਸੀਏਸ਼ਨ ਦੇ ਇੱਕ ਪ੍ਰਧਾਨ ਜਿਹੜੇ ਦੱਸੇ ਜਾਂਦੇ ਨੇ ਵਿਜੇ ਕਾਲੜਾ, ਉਹਨਾਂ ਨਾਲ ਮੀਟਿੰਗ ਕਰਕੇ ਮਨਾ ਲਿਆ ਗਿਆ ਕਿ ਹੜਤਾਲ ਨਹੀਂ ਕਰਾਂਗੇ, ਪਰ ਇੱਕ ਰਵਿੰਦਰ ਸਿੰਘ ਨੇ ਜਿਹੜੇ ਉਹ ਵੀ ਆਪਣੇ ਆਪ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦੱਸ ਰਹੇ ਨੇ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਹੜਤਾਲ ਜਿਹੜੀ ਗੱਲ ਕਹੀ ਗਈ ਹੈ ਵਿਜੇ ਕਾਲੜਾ ਦੇ ਵੱਲੋਂ ਖਤਮ ਕਰਨ ਦੀ, ਵਿਜੇ ਕਾਲੜਾ ਤਾਂ ਉਹਨਾਂ ਦਾ ਹੀ ਬੰਦਾ ਹੈ, ਆਪਣੇ ਬੰਦੇ ਨੂੰ ਉਹਨਾਂ ਨੇ ਸੱਦ ਕੇ ਕਹਿ ਤਾ ਵੀ ਹੜਤਾਲ ਨਾ ਕਰੋ, ਉਹਨੇ ਐਲਾਨ ਕਰਤਾ, ਪਰ ਅਸਲ ਜਥੇਬੰਦੀਆਂ ਆੜ੍ਹਤੀ ਐਸੋਸੀਏਸ਼ਨ ਦੀ ਅਸੀਂ ਹਾਂ, ਅਸੀਂ ਇਹ ਫੈਸਲਾ ਨਹੀਂ ਲਿਆ, ਹੜਤਾਲ ਬੰਦ ਕਰਨ ਦਾ ਫੈਸਲਾ ਨਹੀਂ ਲਿਆ। ਕਿਵੇਂ ਦੇਖਦੇ ਹੋ ਕਿਸ ਤਰੀਕੇ ਦਾ ਮਾਹੌਲ ਹੁਣ ਪੰਜਾਬ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਮੋਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੇ ਨੇ, ਕਿਤੇ ਉਹ ਇਲਜ਼ਾਮ ਸੱਚੇ ਹੁੰਦੇ ਲਾਗੂ ਹੁੰਦੇ ਦਿਖਾਈ ਤਾਂ ਨਹੀਂ ਦੇ ਰਹੇ, ਜਿਸ ਤਰੀਕੇ ਦੇ ਨਾਲ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਰੌਲਾ ਪਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਆ ਸਿੱਧੀ ਅਦਾਇਗੀ ਰੋਕਾਂਗੇ, ਪਰ ਹੁਣ ਸਿੱਧੀ ਅਦਾਇਗੀ ਲਾਗੂ ਕਰਵਾ ਦਿੱਤੀ? ਸੁਖਵਿੰਦਰ ਜੀ, ਜਿਹੜਾ ਇਹ ਸਿੱਧੀ ਅਦਾਇਗੀ ਦਾ ਮਸਲਾ ਹੈ, ਇਹ ਦੱਸਣ ਵਾਲੀ ਇਹਦੇ ਵਿੱਚ ਗੱਲ ਇਹ ਹੈ ਕਿ ਕੋਈ ਇਹ ਇਸ ਵਾਰੀ ਦਾ ਮਸਲਾ ਨਹੀਂ ਹੈ, ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੇਂਦਰ ਸਰਕਾਰ ਸਟੇਟ ਸਰਕਾਰ ਦੇ ਉੱਤੇ ਦਬਾਅ ਪਾ ਰਹੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੀ ਅਦਾਇਗੀ ਵੱਲ ਵਧਣ ਜਾ ਰਹੇ ਹਾਂ। ਔਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ, ਤੁਸੀਂ ਆਪਾਂ ਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਮੰਗ ਉੱਠਦੀ ਰਹੀ ਹੈ ਕਿ ਸਾਨੂੰ ਤਾਂ ਸਿੱਧੀ ਅਦਾਇਗੀ ਜਿਹੜੀ ਹੋਣੀ ਚਾਹੀਦੀ ਹੈ। ਔਰ ਇਹ ਚੀਜ਼ਾਂ ਜੇ ਇਹਦੇ ਇਸੇ ਕਰਕੇ ਕਿਸਾਨ ਜਥੇਬੰਦੀਆਂ ਦੀਆਂ ਵੀ ਅਲੱਗ ਅਲੱਗ ਰਾਵਾਂ ਨੇ, ਔਰ ਇਸੇ ਦੇ ਵਿੱਚੋਂ ਜਦੋਂ ਆੜ੍ਹਤੀ ਐਸੋਸੀਏਸ਼ਨ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਵੀ ਅਲੱਗ ਅਲੱਗ ਰਾਵਾਂ ਨੇ। ਇਸ ਦੌਰਾਨ ਜਿਹੜਾ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਨੇ ਕੁਝ ਜਿਹੜੀਆਂ ਆੜ੍ਹਤੀ ਜਥੇਬੰਦੀਆਂ ਨੇ ਉਹ ਇਹੀ ਕਹਿ ਰਹੀਆਂ ਨੇ ਕਿ ਇਸ ਦੇ ਬਹਾਨੇ ਜਿਹੜਾ APMC ਐਕਟ ਹੈ ਸਾਡਾ, ਜਿਹਦੇ ਕਰਕੇ ਜਿਹੜੀਆਂ ਸਰਕਾਰੀ ਮੰਡੀਆਂ ਨੇ ਉਹ ਬਚੀਆਂ ਹੋਈਆਂ ਨੇ, ਔਰ ਉਹਦੇ ਵਿੱਚੋਂ ਜੋ ਪੁਰਾਣੇ ਨਿਯਮ ਨੇ ਕਣਕ ਜਾਂ ਝੋਨਾ ਖਰੀਦਣ ਦੇ ਉਹ ਨਿਯਮ ਹੀ ਲਾਗੂ ਰਹਿਣੇ ਚਾਹੀਦੇ ਨੇ। ਉਹਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਆੜ੍ਹਤੀ ਔਰ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਪਿਛਲੇ ਲੰਬੇ ਸਮੇਂ ਤੋਂ
ਉਹ ਬਚਿਆ ਹੋਇਆ ਸੀਗਾ। ਉਹ ਰਿਸ਼ਤਾ ਜੇ ਖਤਮ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹ ਬਹੁਤ ਵੱਡਾ ਕਿਸਾਨਾਂ ਨੂੰ ਜੇ ਆਪਾਂ ਨੂੰ ਸਮਝਣਾ ਹੋਵੇ ਤਾਂ ਇੱਕ ਵੱਡਾ ਸੰਕਟ ਆ ਸਕਦਾ। ਔਰ ਇਸ ਕਿਸਾਨ ਅੰਦੋਲਨ ਦੇ ਵਿੱਚ ਵੀ ਆਪਾਂ ਹੁਣੀ ਗੱਲ ਕਰਕੇ ਹਟਿਆ, ਆੜ੍ਹਤੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਆੜ੍ਹਤੀਆ ਲੋਕ, ਖਾਸ ਤੌਰ ਤੇ ਵਪਾਰੀ ਵਰਗ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਖੜਾ ਹੈ। ਸੋ ਇੱਥੇ ਵੀ ਕਿਸਾਨ ਜਥੇਬੰਦੀਆਂ ਨੇ ਵੀ ਆੜ੍ਹਤੀਆਂ ਦੇ ਨਾਲ ਮਿਲ ਕੇ ਇਸ ਗੱਲ ਨੂੰ ਜਿਹੜਾ ਹੈਗਾ ਕਿਹਾ ਹੈ ਕਿ ਅਸੀਂ ਸਿੱਧੀ ਅਦਾਇਗੀ ਦੇ ਹੱਕ ਵਿੱਚ ਨਹੀਂ ਹਾਂ। ਸੋ ਇਸ ਕਰਕੇ ਜੇ ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਅਸੀਂ ਸਿੱਧੀ ਅਦਾਇਗੀ ਕਰਵਾ ਕੇ ਇਹ ਜਿਹੜੀ ਹੜਤਾਲ ਉਹਨਾਂ ਨੇ ਫਿਲਹਾਲ ਖਤਮ ਕਰਾ ਦਿੱਤੀ ਹੈ, ਪਰ ਇੱਕ ਜਿਹੜਾ ਇੱਕ ਹਿੱਸਾ ਹੈ ਆੜ੍ਹਤੀਆਂ ਦਾ, ਵੱਡਾ ਹਿੱਸਾ ਜਿਹੜਾ ਇਸ ਵੇਲੇ ਮੌਜੂਦ ਹੈ, ਉਹ ਇਹ ਕਹਿ ਰਿਹਾ ਕਿ ਅਸੀਂ ਹਜੇ ਕੋਈ ਫੈਸਲਾ ਨਹੀਂ ਕੀਤਾ ਇਹਦੇ ਬਾਰੇ, ਅਸੀਂ ਸਾਡੀ ਮੀਟਿੰਗ ਦੁਬਾਰਾ ਸੋਮਵਾਰ ਨੂੰ ਹੋਣੀ ਹੈ ਔਰ ਸੋਮਵਾਰ ਦੀ ਮੀਟਿੰਗ ਤੋਂ ਬਾਅਦ ਕੋਈ ਵੱਡਾ ਫੈਸਲਾ ਅਸੀਂ ਲੈ ਸਕਦੇ ਹਾਂ। ਪਰ ਫਿਲਹਾਲ ਆਪਾਂ ਨੂੰ ਪਤਾ ਹੈ ਕਿ ਡਿਵਾਈਡ ਐਂਡ ਰੂਲ, ਜਿਵੇਂ ਆਪਾਂ ਨੂੰ ਪਤਾ ਕਿ ਅੰਗਰੇਜ਼ ਕਰਦੇ ਸੀਗੇ ਔਰ ਦੋ ਧੜਿਆਂ ਦੇ ਵਿੱਚ ਵੰਡ ਕੇ ਜਾਂ ਵੱਖ ਵੱਖ ਧੜਿਆਂ ਦੇ ਵਿੱਚ ਵੰਡ ਕੇ ਕੈਪਟਨ ਸਾਹਿਬ ਨੇ ਇਸ ਮਸਲੇ ਨੂੰ ਫਿਲਹਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹੀ ਕਿਹਾ ਕਿ ਜਿਵੇਂ ਜੋ ਚੱਲਦਾ ਉਹੀ ਚੱਲਣ ਦਿਓ, ਉਦਾਂ ਹੀ ਚੱਲੇਗਾ। ਔਰ ਉਹਨਾਂ ਨੇ ਇਹ ਵੀ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਸਾਡਾ ਜਿਹੜਾ ਬਕਾਇਆ ਹੈ FCI ਦਾ ਉਹ ਵੀ ਸਾਨੂੰ ਦਿੱਤਾ ਜਾਏ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਗੱਲਾਂ ਉਹਨਾਂ ਨੇ ਕਹੀਆਂ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਆੜ੍ਹਤੀਏ ਜਿਹੜੇ ਨੇ ਉਹ ਇਕੱਠੇ ਹੋ ਕੇ ਕੋਈ ਇਹਦੇ ਚੋਂ ਹੱਲ ਕੱਢ ਸਕਣਗੇ। ਇਹ ਮਸਲਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਜਿਹੜਾ ਹੈਗਾ ਇਹ ਫੁੱਟ ਸਾਹਮਣੇ ਆਏਗੀ ਔਰ ਆੜ੍ਹਤੀ ਔਰ ਕਿਸਾਨ ਜਿਸ ਤਰੀਕੇ ਦੇ ਨਾਲ ਕੇਂਦਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਆੜ੍ਹਤੀਏ ਦੇ ਇੱਕ ਹਿੱਸੇ ਤੋਂ ਇਹ ਗੱਲ ਮਨਵਾ ਲਈ ਕਿ ਸਿੱਧੀ ਅਦਾਇਗੀ ਹੋਣ ਦਿਓ, ਠੀਕ ਹੈ ਜੀ, ਤਾਂ ਕਿਤੇ ਨਾ ਕਿਤੇ ਜਿਹੜੇ ਇਲਜ਼ਾਮ ਲੱਗਦੇ ਸੀ ਕੈਪਟਨ ਸਰਕਾਰ ਦੇ ਉੱਪਰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ, ਕਿ ਮੋਦੀ ਸਰਕਾਰ ਤੋਂ ਡਰਦੇ ਨੇ, ਮੋਦੀ ਸਰਕਾਰ ਦੀ ਕਠਪੁਤਲੀ ਬੜੇ ਹੋਏ ਨੇ, ਕਿਤੇ ਨਾ ਕਿਤੇ ਹੁਣ ਉਹ ਲੋਕ ਵੀ ਸਵਾਲ ਚੁੱਕਣ ਲੱਗੇ ਨੇ ਕਿ ਅਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਲਾਗੂ ਕਰਵਾ ਦਿੱਤਾ। ਸੁਖਵਿੰਦਰ ਜੀ ਦੇਖੋ, ਜਦੋਂ ਤੁਸੀਂ ਪਿਛਲੇ ਸਾਲਾਂ ਦੇ 4 ਸਾਲਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇਖਦੇ ਹਾਂ ਆਪਾਂ, ਉਹਦੇ ਵਿੱਚ ਚਾਹੇ ਇਹਨਾਂ ਦਾ ਮੈਨੀਫੈਸਟੋ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਚੀਜ਼ ਜਿਹੜੀ ਹੈਗੀ ਹੈ ਆਪਾਂ ਨੂੰ ਹੋਣੀ ਚਾਹੀਦੀ ਹੈ ਕਿਸਾਨਾਂ ਦੀ, ਮੰਡੀ ਦੀ, ਚਾਹੇ ਉਹ ਮੰਡੀ ਦੀ ਹੋਵੇ ਚਾਹੇ ਫਸਲਾਂ ਦੀ ਹੋਵੇ, ਅਦਾਇਗੀ ਦੀ ਗੱਲ ਹੋਵੇ। ਉਹਨਾਂ ਨੇ, ਮੇਰਾ ਮਤਲਬ ਹੈ ਕਿ ਪ੍ਰਾਈਵੇਟਾਈਜੇਸ਼ਨ ਨੂੰ, ਖਾਸ ਤੌਰ ਤੇ ਖੇਤੀਬਾੜੀ ਦੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਮੈਨੀਫੈਸਟੋ ਦੇ ਰਾਹੀਂ ਜਾਂ ਆਪਣੀਆਂ ਜੋ ਉਹ ਕਾਰਗੁਜ਼ਾਰੀਆਂ ਸੀਗੀ ਉਹਨਾਂ ਦੀਆਂ ਉਹਦੇ ਰਾਹੀਂ ਕਿਤੇ ਨਾ ਕਿਤੇ ਉਹਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਆਪਾਂ ਸੈਂਟਰ ਦੀਆਂ ਨੀਤੀਆਂ ਵੀ ਦੇਖੀਏ ਕਿ ਅੱਜ ਇਹ ਨਹੀਂ ਕਿ 1990 ਤੋਂ ਬਾਅਦ ਜਦੋਂ ਤੋਂ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਸੀਗੀਆਂ ਉਹਨਾਂ ਦਿਨਾਂ ਦੇ ਵਿੱਚ ਔਰ ਰਾਜੀਵ ਗਾਂਧੀ ਹੋ ਰਹੀ ਜਾਂ ਹੋਰ ਬਹੁਤ ਸਾਰੇ ਜਿਹੜੇ ਨੇ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਇਹੀ ਨੀਤੀਆਂ ਜਿਹੜੀਆਂ ਅੱਜ BJP ਸਰਕਾਰ ਅਪਣਾ ਰਹੀ ਹੈ ਲਗਭਗ ਇਹੀ ਨੀਤੀਆਂ ਉਹਨਾਂ ਨੇ ਅਪਣਾਈਆਂ ਸੀਗੀਆਂ। ਉਹਦੇ ਵਿੱਚੋਂ ਹੀ ਆਪਾਂ ਨੂੰ ਪਤਾ ਹੈ ਕਿ ਕਿਸਾਨ ਜਿਹੜੇ ਸੀਗੇ ਲਗਭਗ ਲੱਖਾਂ ਦੀ ਗਿਣਤੀ ਦੇ ਵਿੱਚ ਖੁਦਕੁਸ਼ੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਕਰ ਚੁੱਕੇ ਨੇ ਉਹਨਾਂ ਪਿਛਲੇ 15 ਸਾਲਾਂ 'ਚ। ਮੈਂ ਗਿਣਤੀ ਦੇ ਤੌਰ 'ਤੇ ਕਹਾਂ ਤਾਂ ਲਗਭਗ 4 ਲੱਖ ਕਿਸਾਨ ਹਿੰਦੁਸਤਾਨ ਦਾ ਖੁਦਕੁਸ਼ੀ ਕਰ ਚੁੱਕਿਆ ਹੈ। ਇਹ ਕਿਉਂ ਕਰ ਚੁੱਕਿਆ? ਕਿਉਂਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਹੈ ਖੇਤੀਬਾੜੀ ਦੀ ਹੋਈ ਹੈ। ਸੋ ਇਹੀ ਗੱਲਾਂ ਜੇ ਆਪਾਂ ਕਹੀਏ ਕਿ ਅੱਜ ਬੇਸ਼ੱਕ ਉਹ ਇਹ ਕਹਿਣ ਕੈਪਟਨ ਸਾਹਿਬ ਕਿ ਮੈਂ ਕਿਸਾਨਾਂ ਦੇ ਨਾਲ ਖੜਾ, ਪਰ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਦੇ ਮੈਨੀਫੈਸਟੋ ਨੇ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਕਿਸਾਨਾਂ ਦੇ ਪ੍ਰਤੀ ਉਹ ਉਹੀ ਹੈ ਜੋ ਮੋਦੀ ਸਾਹਿਬ ਦੀ ਹੈ, ਉਹੀ ਨੀਤੀਆਂ ਨੇ ਪ੍ਰਾਈਵੇਟ ਕਰਨ ਦੀਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਵੀ ਜਿਹੜੀ APMC ਐਕਟ ਨੂੰ ਤੋੜਨ ਦੀਆਂ ਗੱਲਾਂ ਜਾਂ ਹੋਰ ਜਿਹੜੀਆਂ ਪ੍ਰਾਈਵੇਟ ਕਰਨ ਦੀਆਂ ਗੱਲਾਂ ਮੰਡੀਆਂ ਨੂੰ ਜਾਂ ਸਿੱਧੀ ਅਦਾਇਗੀ ਦੀਆਂ ਗੱਲਾਂ, ਇਹ ਕੈਪਟਨ ਸਾਹਿਬ ਤੇ ਮੋਦੀ ਸਾਹਿਬ ਮਿਲ ਕੇ ਜਿਹੜੀ ਹੈਗੀ ਹੈ ਫਰੈਂਡਲੀ ਮੈਚ ਖੇਡ ਰਹੇ ਨੇ ਔਰ ਕਿਸਾਨਾਂ ਨੂੰ ਬੁੱਧੂ ਬਣਾ ਰਹੇ ਨੇ ਜੀ। ਤਾਂ ਭਵਿੰਦਰ ਜੀ, ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲਾਂ ਬਾਤਾਂ ਦੱਸੀਆਂ ਨੇ, ਉਮੀਦ ਕਰਦੇ ਹਾਂ ਕਿ ਕਿਸਾਨ ਤੇ ਪੰਜਾਬ ਦੇ ਲੋਕ ਇਹ ਗੱਲਾਂ ਸਮਝ ਚੁੱਕੇ ਹੋਣਗੇ, ਕਿਉਂਕਿ ਲਗਾਤਾਰ ਆਪਾਂ ਇੱਕ ਹੋਰ ਚੈਨਲ ਦੇ ਉੱਪਰ ਆਪਾਂ ਇੱਕ ਡਿਬੇਟ ਕੀਤੀ ਜਿਹਦੇ ਵਿੱਚ ਇਹ ਗੱਲਬਾਤ ਦੱਸੀ ਸੀ ਕਿ ਕਿਸ ਤਰੀਕੇ ਦੇ ਨਾਲ ਫਰੈਂਡਲੀ ਮੈਚ ਜਿਹੜੀ ਰਿਪੋਰਟ ਖਾਰਜ ਹੋਈ ਹੈ ਜਿਹੜੀ ਉਮਰ ਵਿਜੇ ਪ੍ਰਤਾਪ ਦੀ, ਉਹ ਵੀ ਜਿਹੜੀ ਕਰਵਾਈ ਗਈ ਸੀ ਫਰੈਂਡਲੀ ਮੈਚ ਦੇ ਨਾਲ। ਤਾਂ ਹੁਣ ਉਮੀਦ ਕਰਦੇ ਹਾਂ ਕਿ ਲੋਕ ਸਤਰਕ ਹੋਣਗੇ, ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਸਤਰਕ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਦੀ ਮਿਲੀ ਭੁੱਖ ਚੱਲਦੀ ਹੈ। ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵਿਚਾਰ ਜਿਹੜੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਹੋਣਗੇ। ਤੁਸੀਂ ਜਿਹੜਾ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਆਪਣੇ ਕੀਮਤੀ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤਾਂ ਇਹ ਸਨ ਡਾਕਟਰ ਭਵਿੰਦਰ ਜੀ, ਜਿਹਨਾਂ ਦੇ ਵੱਲੋਂ ਸਾਡੇ ਨਾਲ ਇਸ ਅਹਿਮ ਮੁੱਦੇ ਦੇ ਉੱਪਰ, ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਡਾਕਟਰ ਸਾਹਿਬ ਦੇ ਵਿਚਾਰ
जरूर पसंद आए होंगे। दोबारा फिर मिलेंगे इसी प्रोग्राम के कुछ नवे अहम मुद्दे के नाल। तद तक की इजाजत, धन्यवाद।